ਇੱਕ ਬੇਟੀ ਆਪਣੇ ਬਾਪ ਬਾਰੇ ਮਾੜਾ ਕੋਈ ਨਹੀਂ ਬੋਲਦੀ। ਮੈਂ ਪਹਿਲੀ ਵਾਰ ਦੇਖਿਆ ਬੇਟੀ ਨੇ ਕਿਹਾ ਮੈਨੂੰ ਇਹਦੋਂ ਮਾੜਾ ਬੰਦਾ ਕੋਈ ਨਹੀਂ, ਇੱਕ ਉਹਦੀ ਆਪਣੀ ਬੇਟੀ ਨੇ ਕਿਹਾ ਤੇ ਆਪਾਂ ਸੂਬਾ ਸੰਭਾਲ ਦਿੱਤਾ। ਅੱਜ ਪੰਜਾਬ 'ਚ 4 ਚੀਫ ਮਿਨਿਸਟਰ ਹੈ, ਇੱਕ ਆਪ, ਇੱਕ ਇਹਦੀ ਘਰਵਾਲੀ, ਹੁਣ ਨਵੀਂ ਤੂੰ ਜਾਂਦੇ ਦੇਖਿਆ ਕਿਤੇ SSP DC ਅੱਗੇ ਪਿੱਛੇ ਮੈਡਮ ਜਾ ਰਹੇ ਹੈ, 50 ਪੁਲਿਸ ਵਾਲੇ ਗੱਡੀਆਂ, 50 ਗੱਡੀਆਂ, ਮਗਰ ਉਹਦੇ ਮਾਤਾ ਜੀ, ਮੈਂ ਵੀਡੀਓ ਦੇਖੀ ਇੱਕ ਦਿਨ, ਮੈਂ ਕਿਹਾ ਜੀ ਪਤਾ ਭਗਵੰਤ ਮਾਨ ਜਾ ਰਿਹਾ, ਕੋਈ ਨਹੀਂ ਨਹੀਂ ਮਾਤਾ ਜੀ ਜਾ ਰਹੇ ਹੈ, ਫਿਰ ਉਹਦੀ ਭੈਣ ਜੀ ਜਾ ਰਹੇ ਹੈ, ਕਿਤੇ ਤੁਹਾਡੇ ਕੋਲ ਆਏ, ਇੰਨਾ ਵੀ ਨਹੀਂ ਦੇਖਦਾ ਕਿ ਹੁਣ ਮੈਂ ਮੁੱਖ ਮੰਤਰੀ ਬਣ ਗਿਆ, ਮੈਂ ਇੱਕ ਸੂਬੇ ਨੂੰ ਦੀ ਅਗਵਾਈ ਕਰ ਰਿਹਾ। ਤੁਸੀਂ ਦੇਖਿਆ ਹੋਣਾ ਜਰਮਨੀ ਗਿਆ, ਫਰੈਂਕਫਰਟ ਗਿਆ, ਇਹਦੀ ਆਦਤ ਸ਼ਰਾਬ ਪੀਣ ਦੀ ਇੰਨੀ ਮਾੜੀ ਹੈ, ਜਦੋਂ ਵਾਪਸ ਆਉਣ ਲੱਗਿਆ ਉਹ ਏਅਰਪੋਰਟ ਦੇ ਉੱਤੇ ਜਦੋਂ VIP ਹੁੰਦੇ, ਉਹਨਾਂ ਨੇ ਅਲੱਗ ਕਮਰਾ ਜਿਹਾ ਹੁੰਦਾ ਜਿੱਥੇ ਰਾਮ ਰੂਮ ਕਰ ਲਓ ਕਿ ਜਹਾਜ਼ 'ਚ ਚੜ੍ਹਨ ਤੋਂ ਪਹਿਲੇ, ਉੱਥੇ ਸ਼ਰਾਬ ਪਈ ਹੁੰਦੀ ਹੈ ਇਹਦੀ। ਜਦੋਂ ਨਿਗਾਹ ਲੱਗੀ ਮੈਨੂੰ ਅਫਸਰ ਦੱਸੀ ਨਾਲ ਦੇ, ਕਹਿੰਦਾ ਵਾ ਉਹ ਬੋਤਲ ਦਾ ਖੋਲ ਕੇ ਲਿਆ। ਉਹ ਘੰਟਾ ਡੇਢ ਘੰਟਾ ਉੱਥੇ ਬਹਿਣਾ ਸੀ, ਟੱਲੀ ਹੋ ਗਿਆ ਅਫਸਰ। ਹੁਣ ਅਫਸਰ ਕਿਵੇਂ ਕਹੇ ਮੁੱਖ ਮੰਤਰੀ ਨੂੰ ਘੱਟ ਪੀਓ, ਇੰਨੀ ਪੀ ਲਈ ਤੇ ਫਿਰ ਉਹਦੇ ਬਾਅਦ ਦੇਖਿਆ ਕਿ ਖੜਾ ਨਹੀਂ ਹੁੰਦਾ। ਦੇਖੋ ਹਿੰਦੁਸਤਾਨ ਦਾ ਅੰਬੈਸਡਰ ਇੱਕ ਪਾਸੇ ਫੜੀ ਜਾਏ ਤੇ ਇੱਕ ਨਾਲ ਪੁਲਿਸ ਵਾਲੇ ਨਾਲ ਸੀ ਜਿਹੜੇ ਸਿਕਿਉਰਿਟੀ ਵਾਲੇ, ਇੱਕ ਫੜ ਕੇ ਇਹਨੂੰ ਲੈ ਗਏ ਜਹਾਜ਼। ਅੱਛਾ ਉਸ ਜਹਾਜ਼ 'ਚ ਮੇਰਾ ਇੱਕ ਦੋਸਤ ਜਿਹੜਾ ਇਕੱਠੇ ਸਕੂਲ 'ਚ ਪੜ੍ਹੇ ਆ ਰਾਜਸਥਾਨ ਤੋਂ, ਉਹਦੇ ਹੋਟਲ ਰਾਜਸਥਾਨ 'ਚ ਹੈ, ਉਹ ਵੀ ਉਸ ਜਹਾਜ਼ 'ਚ ਪਹਿਲੀ ਕੁਰਸੀ ਤੇ ਬੈਠਾ ਸੀ ਫਰੰਟ ਤੇ। ਉਹਨੇ ਮੈਨੂੰ ਸ਼ਾਮ ਨੂੰ ਦੱਸਿਆ, ਤਾਂ ਮੈਂ ਪ੍ਰੈਸ ਕਾਨਫਰੰਸ ਕੀਤੀ ਉਹਦੇ ਬਾਅਦ, ਮੈਨੂੰ ਕਹਿੰਦਾ ਜਦੋਂ ਲਿਆਂਦਾ ਡਿੱਗਦਾ ਤੇ ਪਹਿਲੀ ਇੱਕ ਅੰਗਰੇਜ਼ ਲੇਡੀ ਬੈਠੀ ਸੀ ਸੀਟ ਤੇ, ਪਹਿਲੇ ਉਹਦੇ ਉੱਤੇ ਆ ਕੇ ਡਿੱਗ ਪਿਆ, ਫਿਰ ਚੱਕ ਕੇ ਇਹਨੂੰ ਅੱਗੇ ਲੈ ਕੇ ਗਏ, ਡਿੱਗਦਾ। ਹੁਣ ਜਿਹੜੀ ਏਅਰਲਾਈਨ ਹੈ, ਇਹਨਾਂ ਦਾ ਇੱਕ ਕਾਨੂੰਨ ਹੈ ਦੁਨੀਆ 'ਚ ਕਿ ਜਿਹੜਾ ਕੋਈ ਪੈਸੇਂਜਰ ਸ਼ਰਾਬ ਜ਼ਿਆਦਾ ਪੀਤੀ ਹੋਈ ਉਹਨੂੰ ਜਹਾਜ਼ 'ਚ ਨਹੀਂ ਚੜਾਉਂਦੇ, ਕਿਉਂਕਿ ਉੱਤੇ ਜਾ ਕੇ ਜੇ ਕੁਛ ਹੋ ਜੇ ਜਹਾਜ਼ ਥੱਲੇ ਤਾਰਨਾ ਬਹੁਤ ਔਖਾ ਹੈ। ਉਹ ਏਅਰ ਹੋਸਟੇ ਨੇ ਦੇਖਿਆ ਕਿ ਇੱਕ ਸ਼ਰਾਬੀ ਹੈ, ਬੁਰਾ ਹਾਲ ਹੈ ਇਹਦਾ, ਉਹ ਗਈ ਕੈਪਟਨ ਕੋਲੇ ਜਹਾਜ਼ ਦੇ ਕਿ ਜੀ ਇੱਕ ਪੈਸੇਂਜਰ ਹੈ ਸ਼ਰਾਬ ਪੀ ਕੇ ਆਇਆ। ਕੈਪਟਨ ਨੇ ਕਿਹਾ ਜੀ ਦੇਖੀ ਹਾਲਤ ਇਹਦੀ ਤੇ ਕਿਹਾ ਜੀ ਇਹਨੂੰ ਥੱਲੇ ਤਾਰ ਦਿਓ। ਉਹ ਜਿਹੜੇ ਅਫਸਰ ਗਏ ਸੀ ਜੀ, ਇਹ ਚੀਫ ਮਿਨਿਸਟਰ ਹੈ। ਹੁਣ ਬਾਹਰਲੀਆਂ ਏਅਰਲਾਈਨ ਨੂੰ ਕੀ ਪਤਾ ਕਿਹੜਾ ਚੀਫ ਮਿਨਿਸਟਰ ਹੈ ਕਿਹੜਾ ਕੀ ਹੈ, ਉਹ ਕਹਿੰਦਾ ਸਾਡਾ ਤਾਂ ਕਾਨੂੰਨ ਹੈ, ਅਸੀਂ ਨਹੀਂ ਤਾਰ ਸਕਦੇ, ਤੇ ਉਹਨੂੰ ਚੱਕ ਕੇ ਬਾਹਰ ਤਾਰਿਆ। ਦੇਖੋ ਆਹ ਆਪਣੇ ਸੂਬੇ ਦਾ ਮੁੱਖ ਮੰਤਰੀ ਹੈ, ਕਹਿੰਦਾ ਕੀ ਹੁੰਦਾ ਸੀ, ਮੇਰਾ ਹਰਾ ਪੈਨ ਆਊਂਗਾ ਕਰੂੰਗਾ ਮੈਂ। ਆਹ ਦੇਖੋ ਜੀ ਲੀਡਰ ਸਿਕਿਉਰਿਟੀ ਲਈ ਫਿਰਦੇ ਆ, ਹੁਣ ਕੀ ਕਰਦੇ ਆ। ਅੱਜ ਪੰਜਾਬ 'ਚ 4 ਚੀਫ ਮਿਨਿਸਟਰ ਹੈ, ਇੱਕ ਆਪ, ਇੱਕ ਇਹਦੀ ਘਰਵਾਲੀ, ਹੁਣ ਨਵੀਂ ਤੂੰ ਜਾਂਦੇ ਦੇਖਿਆ ਕਿਤੇ SSP DC ਅੱਗੇ ਪਿੱਛੇ ਮੈਡਮ ਜਾ ਰਹੇ ਹੈ, 50 ਪੁਲਿਸ ਵਾਲੇ ਗੱਡੀਆਂ, 50 ਗੱਡੀਆਂ, ਮਗਰ ਉਹਦੇ ਮਾਤਾ ਜੀ, ਮੈਂ ਵੀਡੀਓ ਦੇਖੀ ਇੱਕ ਦਿਨ, ਮੈਂ ਕਿਹਾ ਜੀ ਪਤਾ ਭਗਵੰਤ ਮਾਨ ਜਾ ਰਿਹਾ, ਕੋਈ ਨਹੀਂ ਨਹੀਂ ਮਾਤਾ ਜੀ ਜਾ ਰਹੇ ਹੈ।
ਫਿਰ ਉਹਦੀ ਭੈਣ ਜੀ ਜਾ ਰਹੇ ਹੈ ਕਿਤੇ ਤੁਹਾਡੇ ਕੋਲ ਆਏ। ਮੈਂ ਲੁਧਿਆਣੇ ਜਦੋਂ ਸਰਕਾਰ ਸੀ ਹਰ ਮਹੀਨੇ 15 ਦਿਨ ਬਾਅਦ ਗੇੜਾ ਲੱਗਦਾ ਹੀ ਲੱਗਦਾ ਹੁੰਦਾ ਸੀ, ਗੱਡੀ ਚੱਕ ਲੈਣੀ ਸ਼ਾਮ ਨੂੰ, ਜਿਵੇਂ ਢਿੱਲੋਂ ਸਾਹਿਬ ਹੈ, ਸ਼ਿਵਾਲਿਕ ਜੀ ਹੈ, ਗੱਡੀ ਬਿਠਾਉਣਾ, ਦੱਸੋ ਯਾਰ ਕੀ ਕੀ ਕੰਮ ਕਰਾਉਣਾ ਆਪਾਂ, ਇਕੱਲੇ ਚਲੇ ਆਉਂਦੇ। ਇਹਨੇ ਕਿਤੇ 5-2.5 ਸਾਲ ਹੋ ਗਏ ਦਿਖਾਈ ਨਹੀਂ ਦਿੱਤਾ। ਕੱਲ ਮੈਂ ਧੂਰੀ ਜਾ ਕੇ ਆਇਆ ਜਿੱਥੋਂ ਕਾਨਫਰੰਸ ਧੂਰੀ, ਮੁੱਖ ਮੰਤਰੀ ਇਹਦੇ ਆਪਣਾ ਹਲਕਾ, ਮੈਂ ਹੈਰਾਨ ਰਹਿ ਗਿਆ। ਪਿੰਡਾਂ ਨੂੰ ਵਿੱਚ ਟੱਪ ਰਿਹਾ ਸੀ, ਕੰਧਾਂ ਤੇ ਲਿਖਿਆ ਕਿਤੇ ਵੋਟ ਝਾੜੂ ਨੂੰ ਨਾ ਪਾਇਓ ਅੱਗੇ ਤੋਂ, ਇਹਦੇ ਹਲਕੇ ਤੋਂ। ਮੈਨੂੰ ਦੱਸ ਰਹੇ ਸੀ ਉੱਥੇ ਕਿ 2.5 ਸਾਲਾਂ ਚ ਆਪਣੇ ਹਲਕੇ ਚ 2 ਦਿਨ ਆਇਆ, 2 ਦਿਨ ਜਿਹੜਾ ਮੁੱਖ ਮੰਤਰੀ ਆਪਣੇ ਹਲਕੇ 2 ਦਿਨ ਆਇਆ। ਇਸ ਕਰਕੇ ਮੈਂ ਬੇਨਤੀ ਕਰਨਾ, ਪੰਜਾਬ ਨੂੰ ਬਚਾ ਲਓ, ਆਪਾਂ ਤਜਰਬੇ ਕਰਨੇ ਛੱਡ ਦਿਓ। ਤੁਹਾਨੂੰ ਪਤਾ ਕਿ ਤੁਹਾਡੀ ਇੱਕੋ ਇੱਕ ਪਾਰਟੀ ਹੈ ਜਿਹੜੀ ਤੁਹਾਡੀ ਆਪਣੀ ਹੈ, ਤੁਹਾਡਾ ਦੁੱਖ ਸੁੱਖ ਜਾਣਦੀ ਹੈ, ਤੁਹਾਡੇ ਵਿੱਚੋਂ ਨਿਕਲੀ ਹੈ। ਪਰ ਆਪਾਂ ਨਹੀਂ ਜੀ, ਇਹਨੂੰ ਵੀ ਦੇਖ ਲਈਏ, ਇਹਨੂੰ ਵੀ ਦੇਖ ਲਈਏ। ਆਪਣੇ ਤੋਂ ਸਿਆਣੀ ਉਹ ਗੁਜਰਾਤੀ ਹੈ, 35 ਸਾਲ ਹੋ ਗਏ ਕਹਿੰਦੇ ਮੋਦੀ ਦੇ ਵਗੈਰਾ ਅਸੀਂ ਵੋਟ ਪਾਉਣੀ ਨਹੀਂ। ਆ ਵੀ ਆ ਝਾੜੂ ਵਾਲੇ ਉੱਥੇ ਵੀ ਠੱਗੀ ਮਾਰਨ ਗਏ ਸੀ, ਭਜਾਤਾ ਉਹਨਾਂ ਨੇ। ਤੇ ਆਪਾਂ ਕੋਈ ਮਰਜ਼ੀ ਕਹਿ ਦੇ, ਹਾਂ ਚਲੋ ਐਕਤੀ ਇਹਨੂੰ। ਤੁਹਾਨੂੰ ਪਤਾ ਸੀ ਕਿ 5 ਸਾਲ ਪਹਿਲੇ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਡੱਕਾ ਨਹੀਂ ਤੋੜਿਆ, ਫਿਰ ਤੋਂ ਬਣਾਤਾ ਆਪਾਂ, 5 ਸਾਲ ਖਰਾਬ ਹੋ ਗਏ। ਝਾੜੂ ਵਾਲਿਆਂ ਦਾ ਕੋਈ ਪਿਛੋਕੜ ਹੀ ਨਹੀਂ। ਮੈਂ ਪਿੱਛੇ ਜੇ ਇੱਕ ਝਾੜੂ ਵਾਲਾ ਬੰਦਾ ਆਇਆ, ਅਕਾਲੀ ਦਲ ਸ਼ਾਮਿਲ ਕੀਤਾ, ਮੈਂ ਮੇਰੇ ਨਾਲ ਬੈਠਾ ਸੀ, ਮੈਂ ਕਿਹਾ ਯਾਰ ਤੂੰ ਅਕਾਲੀ ਦਲ ਚ ਕਿਉਂ ਛੱਡੀ ਝਾੜੂ? ਉਹ ਕਹਿੰਦਾ ਜੀ ਮੇਰੀ ਹਲਕਾ ਇੰਚਾਰਜ ਨੇ, MLA ਨੇ ਬੜੀ ਬੇਇੱਜ਼ਤੀ ਕੀਤੀ। ਮੈਂ ਕਿਹਾ ਕੀ ਹੋਇਆ? ਕਹਿੰਦਾ ਜੀ ਮੇਰਾ ਕੰਮ ਸੀ, ਮੈਂ ਉਹਦੇ ਕੋਲ ਗਿਆ ਤੇ MLA ਕਹਿੰਦਾ ਮੇਰੇ ਕੋਲ ਟਾਈਮ ਹੈ ਨੀ। ਮੈਂ ਕਿਹਾ ਜਦੋਂ ਤੁਸੀਂ ਵੋਟਾਂ ਮੰਗਣ ਆਏ ਸੀ ਉਦੋਂ ਤਾਂ ਤੁਹਾਡੇ ਕੋਲ ਬੜਾ ਟਾਈਮ ਸੀ। ਤੇ MLA ਦਾ ਦੱਸਿਆ ਕੀ ਜਵਾਬ ਸੀ ਉਹਨੂੰ? ਕਹਿੰਦਾ ਤੁਸੀਂ ਕਿਹੜਾ ਮੈਨੂੰ ਵੋਟ ਪਾਈ ਹੈ, ਤੁਸੀਂ ਤਾਂ ਝਾੜੂ ਨੂੰ ਪਾਈ ਹੈ। ਤੁਸੀਂ ਵੀ ਕਿਹਾ MLA ਦੇਖਿਆ ਕਿਹੜਾ? ਹੁਣ ਲੁਧਿਆਣੇ ਵਾਲੇ ਆ 6 ਹਲਕਿਆਂ ਚੋਂ ਸਭ ਤੋਂ ਮਾੜੇ ਬੰਦੇ ਉਸ ਹਲਕੇ ਦੇ MLA ਬਣਾ ਲਏ। ਤੇ ਉਹ ਕਹਿੰਦਾ MLA ਕਹਿੰਦਾ ਝਾੜੂ ਪਿਆ ਦਰਵਾਜੇ ਕੋਲੇ, ਜਾ ਕੇ ਪੁੱਛ ਲੈ ਜੋ ਕੰਮ ਕਰਾਉਣਾ ਤੋਂ ਲੁਕ ਲਈ ਕੰਮ। ਉਹ ਤਾਂ ਵੋਟਾਂ ਐਂ ਅੱਖਾਂ ਮੀਚ ਕੇ ਤੁਹਾਡੇ 10 ਸਾਲ ਖਰਾਬ ਹੋ ਗਏ ਜ਼ਿੰਦਗੀ ਦੇ। ਜਿਹੜਾ 50 ਸਾਲ ਦਾ ਸੀ 60 ਸਾਲ ਦਾ ਹੋ ਗਿਆ, ਜਿਹੜਾ 60 ਸਾਲ ਦਾ 70 ਦਾ ਹੋ ਗਿਆ, 20 ਸਾਲ ਦਾ 30 ਸਾਲ ਦਾ ਹੋ ਗਿਆ। ਕੰਮ ਰੁਕ ਗਏ, ਜਿੱਥੇ ਛੱਡ ਕੇ ਗਏ ਸੀ ਉੱਥੇ ਹੀ ਕੰਮ, ਬ੍ਰੇਕਾਂ ਲੱਗੀਆਂ ਪਈਆਂ, ਸੜਕਾਂ ਟੁੱਟੀਆਂ ਪਈਆਂ, ਬੁਰਾ ਹਾਲ ਹੈ, ਆਟਾ ਦਾਲ ਬੰਦ, ਸ਼ਗਨ ਬੰਦ, ਪੈਨਸ਼ਨਾਂ ਬੰਦ, ਵਰਲਡ ਕੱਪ ਕਬੱਡੀ ਕਰਾਉਂਦਾ ਹੁੰਦਾ ਸੀ, ਨੌਜਵਾਨ ਖੇਡਾਂ ਤੇ ਬੰਦ, ਪਸ਼ੂ ਮੇਲੇ ਕਰਾਉਂਦਾ ਸੀ ਬੰਦ, ਘੋੜਿਆਂ ਦੇ ਮੇਲੇ ਕਰਾਉਂਦਾ ਸੀ ਬੰਦ, ਸੇਵਾ ਕੇਂਦਰ ਖੱਲੇ ਪਿੰਡ ਪਿੰਡ ਤੁਸੀਂ ਆਪਣਾ ਕੰਮ ਕਰਾ ਸਕਦੇ ਹੋ ਬੰਦ। ਇੱਕ ਚੀਜ਼ ਚਾਲੂ ਕੀ ਕੀਤੀ ਹੈ ਤੁਸੀਂ? ਉਹਨਾਂ ਦੇ MLAਆਂ ਦਾ ਤੇ ਆਪਣੇ MLAਆਂ ਦਾ ਫਰਕ ਵੀ ਦੇਖੋ, ਵੀ ਜ਼ਮੀਨ ਆਸਮਾਨ ਦਾ ਹੈ। ਸ਼ਿਵਾਲਿਕ ਸਾਹਿਬ ਤੁਹਾਡੇ MLA ਨੇ ਆ ਕਿਤਾਬ ਬਣਾਈ ਹੈ, ਮੈਂ ਮੇਰੇ ਕੋਲੇ ਜਦੋਂ ਮਿਲਣ ਆਉਂਦੇ, ਜਾਤੀ ਕੰਮ ਨਹੀਂ ਹਲਕੇ ਦੇ, 1300 ਕਰੋੜ ਰੁਪਇਆ ਤੁਹਾਡੇ ਜੇ ਸੀਵਰੇਜ ਪਿਆ, ਸ਼ਿਵਾਲਿਕ ਸਾਹਿਬ ਨੇ ਕਹਿੰਦੇ ਕੁਛ ਵੀ ਪਿਆ, ਡਿਵੈਲਪਮੈਂਟ ਸੜਕਾਂ। ਮੈਨੂੰ ਯਾਦ ਇੱਕ ਦਿਨ ਆਏ ਮਿਲਾ 250 ਪਤਾ ਕਿੰਨਾ ਕਰੋੜ ਇਕੱਠੇ ਹੀ ਲੈ ਗਏ ਇੱਕ ਦਿਨ,
ਇੱਕ ਦਿਨ ਚ ਮੇਰਾ ਪਿਆਰ ਹੀ ਇਹਨਾਂ ਨੇ ਮੈਨੂੰ ਕਹਿੰਦੇ ਜੀ ਆਹ ਤਾਂ ਚਾਹੀਦਾ ਹੀ ਚਾਹੀਦਾ। ਮੈਂ 250 ਕਰੋੜ ਇੱਕ ਦਿਨ ਚ ਉਵੇਂ ਢਿੱਲੋਂ ਸਾਹਿਬ ਨੂੰ ਪੁੱਛੋ ਕਿੰਨਾ ਮਾੜਾ ਹਾਲ ਸੀ ਤੁਹਾਡੇ ਹਲਕੇ ਦਾ। ਮੈਂ ਤੇ ਢਿੱਲੋਂ ਸਾਹਿਬ ਇਕੱਲੀ ਗੱਡੀ ਤੇ ਚੱਲ ਗਏ, ਮੈਂ ਡਿਪਟੀ ਸੀ ਐਮ ਸੀ, ਮੈਂ ਢਿੱਲੋਂ ਸਾਹਿਬ ਗੇੜਾ ਕੱਢਦੇ ਹਾਂ ਤੁਹਾਡੀ ਰਾਤ ਨੂੰ, ਐਡਾ ਬੁਰਾ ਹਾਲ ਸੀ। ਮੈਂ ਕਿਹਾ ਢਿੱਲੋਂ ਸਾਹਿਬ ਆਪਣਾ ਫਰਜ਼ ਹੈ ਤਾਂ ਨਰ ਕੱਢੀਏ, ਮੈਂ ਕਿਹਾ ਸਾਰੇ ਐਸਟੀਮੇਟ ਬਣਾ ਲਿਓ। ਮੈਂ ਲਾ 300-400 ਕਰੋੜ ਰੁਪਇਆ ਉਸੇ ਰਾਤ ਮੈਂ ਮਨਜ਼ੂਰ ਕੀਤਾ ਇਹਨਾਂ ਵਾਸਤੇ। ਮੈਂ ਕਿਹਾ ਕਿਹੜਾ ਕੋਡ ਕੱਢੋ, ਇਹਨਾਂ ਦੇ ਬੰਦੇ ਇਹਨਾਂ ਦੇ ਐਮ ਐਲ ਏ ਦੇਖ ਲਓ ਪਹਿਲੇ ਤਾਂ ਮਿਲਦੇ ਨਹੀਂ, ਜੇ ਮਿਲਦੇ ਹੈ ਇਹਨਾਂ ਦਾ ਮੁੱਖ ਮੰਤਰੀ ਨਹੀਂ ਮਿਲਦਾ। ਜੇ ਜਾਣਗੇ ਵੀ ਜਿੱਥੋਂ ਨੋਟ ਆਉਂਦੇ ਆ ਉਹਦਾ ਕੰਮ ਕਰਾਉਣ ਵਾਸਤੇ ਜਾਣਗੇ, ਹੋਰ ਨਹੀਂ। ਇੱਕ ਬੰਦਾ ਖੜਾ ਹੋ ਕੇ ਕਹਿ ਕੇ ਢਿੱਲੋਂ ਸਾਹਿਬ ਨੇ 1 ਰੁਪਇਆ ਲਿੱਤਾ, ਇੱਕ ਬੰਦਾ ਕਹਿ ਕੇ ਸ਼ਿਵਾਲਿਕ ਜੀ ਨੇ ਲਿੱਤਾ, ਆਪਣੇ ਕੋਲੋਂ ਪਾਉਣ ਵਾਲੇ ਆ। ਇਸ ਕਰਕੇ ਮੈਂ ਆਈ ਬੇਨਤੀ ਕਰਨਾ ਹੈ, ਆਹ ਇਲੈਕਸ਼ਨ ਬੜਾ ਜ਼ਰੂਰੀ ਹੈ। ਤੁਹਾਡੀ ਪਾਰਟੀ, ਕੌਮ ਦੀ ਪਾਰਟੀ, ਪੰਜਾਬੀਆਂ ਦੀ ਆਵਾਜ਼, ਜਿਹੜੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਪਾਰਟੀ, ਸਾਰੇ ਧਰਮਾਂ ਨੂੰ ਇਕੱਠੇ ਰੱਖਣ ਵਾਲੀ ਪਾਰਟੀ, ਉਹ ਇੱਕ ਪਾਸੇ ਹੈ, ਇਕੱਲੇ ਹੈ, ਦੂਜੇ ਪਾਸੇ ਦਿੱਲੀ ਵਾਲੀਆਂ। ਤੇ ਵੋਟ ਪਾਉਣ ਤੋਂ ਪਹਿਲੇ 2-3 ਗੱਲਾਂ ਯਾਦ ਜ਼ਰੂਰ ਰੱਖਿਓ। 1 ਜੂਨ 40 ਸਾਲ ਪਹਿਲੇ ਕੀ ਹੋਇਆ ਨੌਜਵਾਨ ਪਤਾ ਕੀ ਹੋਇਆ? ਭੁੱਲ ਗਏ? ਆਹ ਦੇਖੋ, 1 ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ, ਉਸੇ ਦਿਨ ਵੋਟਾਂ ਪੈ ਰਹੀਆਂ 1 ਜੂਨ। 40 ਸਾਲ ਪਹਿਲੇ ਹਿੰਦੁਸਤਾਨ ਦੇ ਕੋਨੇ ਕੋਨੇ, ਪਟਨਾ, ਕਾਨਪੁਰ, ਨਾਗਪੁਰ, ਦਿੱਲੀ, ਬੰਬਈ, ਜਿੱਥੇ ਸਿੱਖ ਦਿਖਦਾ ਸੀ ਉਹਦੇ ਗਲਾਂ ਕੈਰ ਪਾ ਕੇ ਸਾੜਿਆ ਗਿਆ ਸੀ, ਇੱਕ ਬੰਦਾ ਨਹੀਂ ਫੜਿਆ ਗਿਆ। ਜੇ ਫਿਰ ਵੀ ਕੋਈ ਵੋਟ ਪਾਉਂਗੇ ਕਾਂਗਰਸ ਨੂੰ ਉਸੇ ਦਿਨ, ਫਿਰ ਉਹ ਸਿੱਖ ਨਹੀਂ ਕਹਿ ਸਕਦਾ। ਦੇਖੋ ਆ ਤਾਂ ਜੇ ਆਪਾਂ ਹੁਣ ਵੀ, ਪਰ ਮੈਂ ਆਪਣੇ ਹੈਰਾਨ ਹੈ, 84 ਦੇ ਬਾਅਦ 3 ਵਾਰ ਸਰਕਾਰਾਂ ਆਪਾਂ ਕਾਂਗਰਸ ਦੀਆਂ ਬਣਾਤੀਆਂ। ਉਵੇਂ ਆ ਝਾੜੂ ਵਾਲੇ ਤੇ ਉਵੇਂ ਬੀਜੇਪੀ ਹੈ। ਦੇਖੋ ਆਪਾਂ ਤੁਹਾਡੇ ਵਾਸਤੇ ਸਰਕਾਰ ਨੂੰ ਲੱਤ ਮਾਰੀ ਹਰਸਿਮਰਤ ਨੇ, ਪਾਰਟੀ ਛੱਡਤੀ, ਕੁਛ ਨਹੀਂ, ਇੱਥੇ ਤਾਂ ਸਰਪੰਚ ਹੀ ਨਹੀਂ ਛੱਡਦਾ ਉਹਦੇ। ਫਿਰ ਉਹਨਾਂ ਨੇ ਦੇਖਿਆ ਕਿ ਸਾਡੇ ਨਾਲ ਆ ਕੀਤਾ, ਕਿਸਾਨੀ ਅੰਦੋਲਨ 'ਚ ਖੜ ਗਏ, ਉਹਨਾਂ ਨੇ ਫੈਸਲਾ ਕਰ ਲਿਆ ਸੀ ਪਾਰਟੀ ਨੂੰ ਖਤਮ ਕਰਨਾ ਹੈ, ਅਕਾਲੀ ਦਲ ਨੂੰ। ਕੀ ਕੀਤਾ ਫਿਰ ਉਹਨਾਂ ਨੇ? ਤੁਸੀਂ ਦੇਖੋ ਅਕਾਲੀ ਦਲ ਦੇ ਖਿਲਾਫ ਪ੍ਰਚਾਰ, ਆ ਜਿਹੜੇ ਇੱਥੇ ਮੰਡ, ਆ ਜਿਹੜਾ ਕਿਹੜਾ ਦਾਦੂਵਾਲ, ਜਿਹੜੇ ਉੱਥੇ ਬੈਠੇ ਹੁੰਦੇ ਸੀ ਬੇਅਦਬੀ ਦੀ ਗੱਲ ਕਰਦੇ ਸੀ, ਕਿੱਥੇ ਅੱਜ? ਬੀਜੇਪੀ 'ਚ ਹੈ, RSS 'ਚ ਹੈ। ਅਸੀਂ ਬੜਾ ਕਿਹਾ ਕਿ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਅਕਾਲੀ ਦਲ ਹੈ। ਤੁਸੀਂ ਮੇਰੇ ਕਿਸੇ ਘਰੇ ਚਲੇ ਜਾਓ, ਚੰਡੀਗੜ੍ਹ ਮੇਰਾ ਘਰ ਹੈ, ਪਿੰਡ ਹੈ, ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ, ਮੱਥਾ ਟੇਕ ਕੇ ਅਰਦਾਸ ਕਰਕੇ ਨਿਕਲੀਦਾ ਹੈ। ਤੇ ਭਗਵੰਤ ਮਾਨ ਦੇ ਘਰੇ ਦੇਖੋ, ਗਲੀਆਂ ਬੋਤਲਾਂ ਸ਼ਰਾਬ ਦੀਆਂ ਮਿਲਣਗੀਆਂ, ਹੋਰ ਕੁਛ ਨਹੀਂ ਮਿਲੂ। ਉਵੇਂ ਬਿੱਟੂ ਦੇ ਚਲੇ ਜਾਓ, ਉਵੇਂ ਆ ਜਿਹੜਾ ਤੁਹਾਡਾ ਹੋਰ ਆਇਆ ਇੱਥੇ ਰਾਜਾ ਬਣਿੰਗ ਪ੍ਰਧਾਨ ਬਣ ਗਿਆ, ਚੁੱਪ ਕਿਉਂ ਬੈਠਾ? ਕਿਉਂਕਿ ਇਹਨੇ 1200 ਕਰੋੜ ਦਾ ਕਪਲਾ ਕੀਤਾ ਬਾੜੀਆਂ ਦਾ, ਰਾਜਸਥਾਨ ਤੋਂ ਖਰੀਦੀਆਂ ਬਾੜੀਆਂ। ਜਦੋਂ ਬੋਲਦਾ ਮੁੱਖ ਮੰਤਰੀ ਟੈਲੀਫੋਨ ਕਰ ਦਿੰਦਾ, ਉਹ ਫਾਈਲ ਮੇਰੇ ਕੋਲੇ ਹੈ ਜੀ,
ਅਸੈਂਬਲੀ ਚ ਵੀ ਸੁਣਿਆ ਹੋਣਾ ਤੁਸੀਂ, ਉਹ ਬੋਲਣ ਟੁੱਪਕਣ ਲੱਗਿਆ ਸੀ, ਕਹਿੰਦਾ ਫਾਈਲ ਮੈਂ ਮੇਰੇ ਕੋਲ ਟੇਬਲ ਤੇ ਪਈ ਹੈ। ਇਹ ਜੇ ਤਾਂ ਬੰਦੇ ਆ। ਹੁਣ ਇਹਨਾਂ ਨੇ ਕੀ ਕੀਤਾ, ਹੁਣ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ, ਆਪਣੀ ਫੌਜ ਨੂੰ ਕਮਜ਼ੋਰ ਕਰਤਾ। ਅੱਜ ਤਖ਼ਤ ਪਟਨਾ ਸਾਹਿਬ ਦੇ RSS ਕਾਬਜ ਹੋ ਗਈ ਮੈਨੇਜਮੈਂਟ ਕਮੇਟੀ ਚ, ਤਖ਼ਤ ਹਜ਼ੂਰ ਸਾਹਿਬ ਦਾ ਬੋਰਡ ਭੰਗ ਕਰਕੇ, ਪੁਰਾਣਾ 60 ਸਾਲ ਦਾ ਐਕਟ ਭੰਗ ਕਰਕੇ ਨਵਾਂ ਬਣਾ ਲਿਆ। ਉਹਦੇ ਚ ਮੈਂਬਰ ਉਹੀ ਲੱਗਣਗੇ ਜੋ ਹਰਿਆਣਾ ਮਹਾਰਾਸ਼ਟਰ ਸਰਕਾਰ ਹੋਗੀ, ਸਾਰੇ ਹੀ RSS ਦੇ ਬੰਦੇ ਲਾਤੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਇਰੈਕਟਲੀ BJP ਸ਼ਾਮਲ ਹੋ ਗਈ, ਧੱਕੇ ਨਾਲ ਕਰਾ ਲਿਆ। ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣਾ ਅਲੱਗ ਕਰਤਾ, ਜਿਹੜਾ ਤੁਹਾਨੂੰ ਜਿਹੜਾ ਅੰਗਰੇਜ਼ ਨਹੀਂ ਕਰ ਸਕੇ, ਹਿੰਮਤ ਹੋਈ ਕਰ ਸਕੇ, ਉਹਨਾਂ ਨੇ ਕਰਤਾ। ਤੇ ਫਿਰ ਕਦੋਂ ਜਾਗੋਗੇ? ਆਪਣੀ ਜਿਹੜੇ ਮੁਲਕ ਦੀ ਜਿਹੜੇ ਕੌਮ ਦੀ ਫੌਜ ਹੀ ਕਮਜ਼ੋਰ ਹੋ ਗਏ, ਉਹਦੇ ਨੂੰ ਜਿਹੜਾ ਮਰਜ਼ੀ ਆਉਂਦਾ ਥੱਪੜ ਮਾਰ ਦਿੰਦਾ। ਅਮਰੀਕਾ ਨਾਲ ਕੋਈ ਪੰਗਾ ਲੈਂਦਾ? ਕਿਉਂ ਨੂੰ ਪਤਾ ਹੈ, ਅਮਰੀਕਾ ਨਾਲ ਪੰਗਾ ਲਿਆ ਤੇ ਮੇਰਾ ਛਿੱਤਰ ਪਰੇਡ ਹੋਊਗੀ। ਇੱਥੇ ਜਿਹੜੀ ਤੁਹਾਡੀ ਸ਼ਾਨ ਸੀ ਪੰਜਾਬ ਦੀ, 3 MLA ਉਹ ਸਾਰੇ ਟਿਚਰਾਂ ਕਰਦੇ ਆ, ਅਕਾਲੀ ਦਲ ਖਤਮ। ਜੇ ਅਕਾਲੀ ਦਲ ਖਤਮ ਹੈ, ਪੰਜਾਬ ਖਤਮ ਹੋ ਜਾਊਗਾ। ਫਿਰ ਕੌਮ ਦੀ ਲੜਾਈ ਲੜਨ ਵਾਲਾ ਕੋਈ ਨਹੀਂ ਹੋਊਗਾ, ਕਿਸਾਨੀ ਦੀ ਲੜਾਈ ਲੜਨ ਵਾਲਾ ਕੋਈ ਨਹੀਂ ਹੋਊਗਾ, ਗਰੀਬ ਦੀ ਲੜਾਈ ਕਰਨ ਵਾਲਾ ਕੋਈ ਨਹੀਂ ਹੋਊਗਾ। ਇਸ ਕਰਕੇ ਆ ਇਲੈਕਸ਼ਨ ਇਕੱਲੇ, ਮੈਂ ਕਿਹਾ ਇਕੱਲੇ ਲੜਾਂਗੇ, ਕਿਸੇ ਦੀ ਲੋੜ ਨਹੀਂ। ਜੇ ਤੁਸੀਂ 92 ਸੀਟਾਂ ਝਾੜੂ ਨੂੰ ਦੇ ਸਕਦੇ ਹੋ, ਆਪਾਂ ਜਿਹੜਾ 13 ਹੀ ਮੰਗ ਰਹੇ ਹਾਂ। ਤੇ ਦੇਖੋ ਮੁਕਾਬਲਾ ਕੈਂਡੀਡੇਟ ਦਾ ਕਰੋ, ਅੰਮ੍ਰਿਤਧਾਰੀ ਸਿੰਘ ਹੈ ਤੇ ਦੂਜੇ ਦੇਖ ਲਓ ਬਿੱਟੂ, ਤੇ ਦੂਜਾ ਕਿਹੜਾ ਹੈਗਾ, ਰਾਜਾ ਬੜਿੰਗ, ਪੱਪੀ, ਸਾਰੇ ਗੱਪੀ। ਹੁਣ ਕਿੱਥੇ ਮੁਕਾਬਲਾ ਆ? ਮੈਂ ਤਾਂ ਕਹਿਣਾ ਇੱਕ ਪਾਸੇ ਹੋ ਜਾਓ, ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤੇ ਸੀ ਨਾ ਭਗਵੰਤ ਮਾਨ ਨੇ ਤੇ ਅਮਿਤ ਸ਼ਾਹ ਨਾਲ ਰਲ ਕੇ, ਤੇ ਆਪਣੇ ਕਿਸਾਨਾਂ ਨੂੰ ਟੱਪਣ ਨਹੀਂ ਦਿੱਤਾ, ਇੱਥੇ ਬੰਬ ਮਾਰੇ, ਇੱਥੇ ਗੋਲੀਆਂ ਚਲਾਈਆਂ। 1 ਜੂਨ ਨੂੰ ਤੁਸੀਂ ਬਾਰਡਰ ਸੀਲ ਕਰ ਦਿਓ,